ਇਹ ਜੀ ਸਬ ਜ਼ੋਨ ਨਗਰ ਨਿਗਮ ਲੁਧਿਆਣਾ ਦਫ਼ਤਰ ਸਹਾਇਕ ਨਿਗਮ ਇੰਜੀਨੀਅਰ ਸਿਵਲ ਜ਼ੋਨ D2 ਵਾਰਡ ਨੰਬਰ 45, 46, 47, 48 ਅਤੇ 60 ਇਸ ਦੇ ਅੱਗੇ ਪਿਛਲੇ 1 ਮਹੀਨੇ ਤੋਂ ਵੱਧ ਸਮੇਂ ਤੋਂ ਪਾਣੀ ਖੜ੍ਹਾ ਹੈ ਗੰਦਾ ਸੀਵਰੇਜ ਦਾ। ਇਸ ਦੇ ਬਾਰੇ ਮੇਰਾ ਖਿਆਲ ਹੈ ਵੀ ਇਹ ਪ੍ਰਸ਼ਾਸਨ ਨੂੰ ਕਈ ਵਾਰੀ ਕੰਪਲੇਂਟਾਂ ਕਰ ਚੁੱਕੇ ਹਾਂ, ਪ੍ਰਸ਼ਾਸਨ ਵੱਲੋਂ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਬਦਬੂ ਮਾਰਦਾ ਪਾਣੀ ਇੱਥੇ ਖੜ੍ਹਾ ਆ, ਤੁਹਾਨੂੰ ਹੁਣ ਅਸੀਂ ਦਿਖਾ ਰਹੇ ਹਾਂ ਵੀ ਇਸ ਦਫ਼ਤਰ ਦੇ ਵਿੱਚ ਕੰਪਲੇਂਟਾਂ ਲਿਖੀਆਂ ਜਾਂਦੀਆਂ ਨੇ ਅਤੇ ਕੰਪਲੇਂਟਾਂ ਲਿਖਣ ਦੇ ਵਿੱਚ ਜਿਹੜੇ ਪਬਲਿਕ ਲੋਕ ਆਉਂਦੇ ਨੇ ਅਤੇ ਆਹ ਗੰਦੇ ਪਾਣੀ 'ਚੋਂ ਲੰਘ ਕੇ ਜਾਂਦੇ ਨੇ। ਹੁਣ ਅੱਗੇ ਤੁਹਾਨੂੰ ਹੋਰ ਦਿਖਾਲਦੇ ਹਾਂ ਕਿ ਇਸ ਪਾਣੀ ਦੇ ਅੱਗੇ ਅੱਗੇ ਜਾ ਕੇ ਇੱਕ ਦਫ਼ਤਰ ਹੋਰ ਹੈਗਾ ਸੇਵਾ ਕੇਂਦਰ, ਜਿਸ ਦੇ ਵਿੱਚ ਲੋਕ ਸੇਵਾ ਕੇਂਦਰ ਵਿੱਚ ਆਣ ਕੇ ਆਪਣੀਆਂ ਦਰਖਾਸਤਾਂ ਦਿੰਦੇ ਨੇ, ਕੁਝ ਡੈਥ ਸਰਟੀਫਿਕੇਟ ਬਣਾਉਂਦੇ ਨੇ ਜਾਂ ਹੋਰ ਕਿਸੇ ਕਹਿੰਦੇ ਸਰਟੀਫਿਕੇਟ ਬਣਾਉਂਦੇ ਨੇ, ਉਹ ਸਾਰਾ ਕੁਝ ਦਿੰਦੇ। ਆਹ ਮਾਤਾ ਜੀ ਹੁਣ ਇੱਥੋਂ ਲੰਘ ਕੇ ਗਏ ਨੇ ਜਿੱਥੇ ਮਤਲਬ ਨਹੀਂ ਗੰਦਾ ਪਾਣੀ ਖੜਿਆ ਹੋਇਆ। ਆਹ ਦੇਖੋ ਮਾਤਾ ਜੀ ਲੰਘ ਕੇ ਅੰਦਰ ਜਾ ਰਹੇ ਹੈ, ਆਹ ਬੱਚੇ ਵੀ ਖੜ੍ਹੇ ਆ, ਆਹ ਇੱਕ ਹੋਰ ਭਾਈ ਸਾਹਿਬ ਜਿਹੜੇ ਹੈਗੇ ਲੰਘ ਕੇ ਅੰਦਰ ਗੰਦੇ ਪਾਣੀ 'ਚੋਂ ਜਾ ਰਹੇ ਆ। ਇਸ ਦੇ ਵਿੱਚ ਕੰਪਲੇਂਟ ਕੀਤੀ ਆ, ਕੰਪਲੇਂਟ ਦਾ ਕੋਈ ਅਸਰ ਹੀ ਨਹੀਂ। ਦੇਖੋ ਜਾਣੀ ਕਿ ਭਾਰਤ ਦੇ ਵਿੱਚ ਅਸੀਂ ਰਹਿ ਰਹੇ ਹਾਂ ਸਵੱਛ ਭਾਰਤ ਦੀ ਤਸਵੀਰ ਤੁਹਾਨੂੰ ਜਾਣਨਾ ਚਾਹੁੰਦੇ ਹਾਂ ਲੋਕ। ਦੇਖੋ ਇੱਕ ਹੋਰ ਭਾਈ ਸਾਹਿਬ ਆਏ ਨੇ, ਇਹ ਵੀ ਆਹ ਮੋਟਰਸਾਈਕਲ ਕੱਟ ਅੰਦਰ ਜਾ ਰਹੇ ਨੇ ਅਤੇ ਅੰਦਰ ਗੰਦਾ ਪਾਣੀ ਦਾ ਤੁਸੀਂ ਇਹ ਦੇਖੋ ਵੀ ਪਿਛਾੜ ਲੱਗੀ ਹੋਈ ਹੈ। ਆਹ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਇਸ ਗੰਦੇ ਪਾਣੀ 'ਚੋਂ ਲੰਘ ਕੇ ਗਏ ਨੇ। ਬੇਟਾ ਤੁਸੀਂ ਕਿੱਥੋਂ ਲੰਘ ਕੇ ਆਏ ਹੋ? ਹੈ ਇੱਥੋਂ ਲੰਘ ਕੇ ਆਏ ਹੋ? ਠੀਕ ਹੈ। ਆਹ ਹੁਣ 2 ਲੇਡੀਜ਼ ਨੇ ਜਿਹੜੀਆਂ ਕਿ ਆ ਰਹੀਆਂ ਨੇ, ਇਹ ਵੀ ਹੁਣ ਆਪਣੇ ਬੱਚਿਆਂ ਦੇ ਇੱਥੇ ਕੋਈ ਸਰਟੀਫਿਕੇਟ ਬਣਾਉਣੇ ਹੋਣਗੇ ਉਹਨਾਂ ਵਾਸਤੇ ਆ ਰਹੀਆਂ। ਠੀਕ ਹੈ, ਇਸ ਕਰਕੇ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ, SDO ਸਾਹਿਬ ਤੁਹਾਨੂੰ ਕੰਪਲੇਂਟਾਂ ਬਾਈ ਫੋਨ 'ਤੇ ਵੀ ਕੀਤੀਆਂ, ਤੁਹਾਨੂੰ ਵਟਸਐਪ 'ਤੇ ਮੈਸੇਜ ਵੀ ਭੇਜੇ ਨੇ, ਤੁਹਾਨੂੰ SC ਗਰਗ ਸਾਹਿਬ ਨੇ ਵੀ ਡਿਊਟੀ ਲਾਈ ਹੈ। ਪਰ ਸਵਾਲ ਇਹ ਹੈ ਵੀ ਇਹਦੀ ਜਿਹੜੀ ਹੈਗੀ ਹੈ ਕੰਪਲੇਂਟ ਦਾ ਹੱਲ ਨਹੀਂ ਹੋਇਆ। ਇਹ ਕੰਪਲੇਂਟ ਕੋਈ ਇੱਕ ਇਕੱਲੇ ਘਰ ਦੀ ਨਹੀਂ ਸੀ, ਇਹ ਪਬਲਿਕ ਦੀ ਕੰਪਲੇਂਟ ਸੀ, ਇੱਥੇ ਪਬਲਿਕ ਨੂੰ ਸਾਰੀ ਨੂੰ ਦਿੱਕਤ ਹੋ ਰਹੀ ਹੈ। ਠੀਕ ਹੈ, ਦੇਖੋ ਲੋਕ ਜਿਹੜੇ ਆ ਰਹੇ ਨੇ ਕਿੱਡੀ ਕਿੱਡੀ ਦੂਰ ਦਾ ਫਾਸਲਾ, ਔਰ ਗੰਦੇ ਪਾਣੀ ਦੀ ਬਦਬੂ ਆ ਰਹੀ ਹੈ, ਇੱਥੇ ਬਿਮਾਰੀ ਫੈਲਣ ਦਾ ਡਰ ਹੈ, ਇਹਨੂੰ ਪਹਿਲ ਦੇ ਆਧਾਰ ਦੇ ਉੱਤੇ ਕੰਮ ਕਰਾਓ। ਕੱਲ੍ਹ ਮੈਂ SC ਗਰਗ ਸਾਹਿਬ ਨੂੰ ਮਿਲ ਕੇ ਵੀ ਬੇਨਤੀ ਕੀਤੀ ਸੀ, SC ਸਾਹਿਬ ਵੀ ਇਹਦੀ ਰਿਪੋਰਟ ਜਿਹੜੀ ਹੈ ਬੈਕ ਰਿਪੋਰਟ ਮੰਗ ਲੈਣਾ ਕੰਮ ਕਰਨ ਤੋਂ ਬਾਅਦ, ਪਰ ਲੇਕਿਨ SC ਸਾਹਿਬ ਦੇ ਹੁਕਮਾਂ ਦੀ ਵੀ ਇਹਨਾਂ ਲੋਕਾਂ ਨੇ ਪਰਵਾਹ ਨਹੀਂ ਕੀਤੀ।